नमस्कार, चमकदे सितारे प्रोग्राम तुहाडा स्वागत है। मैं हाँ दविंदर वर्मा। डेट ऑफ बर्थ ते टाइम तुरंत तुहाडी समस्या दा हल। जदों किसी दी फोन कॉल लगदी टीवी दी वॉल्यूम घट रखनी। हैलो हैलो हैलो, हाँ जी सत्या भाई, सत श्रीकाल जी भाई। 10/7/1999 जी। 10/7/1999 जन्म दा टाइम 9 बजे रात दा जी। हाँ जी, की सुनना चाहते हो? ये तो दसना ही साथ जी, रोज आ रही जी। केड़ी जगह तो बोल दे हो? हुशियारपुर तो बोल रही। छोलियां दी दाल धार्मिक स्थान ते दान देनी हर महीने वीरवार नूं। ठीक है जी। वाइट दुध नहीं पीना। ठीक है जी। एक जी मुंह दे विच तकरीबन एक महीना लगातार मलठी माड़ी जी रखिया करनी है। मलठी? हाँ। अच्छा जी। ते एक केसर दा तिलक लगाना। ठीक है जी। तीन उपाय करने हैं। तेन फायदा हो जूगा। जो फायदा दे फिर सूरज जल देने लग जी, तो एक लार माल कोले रख ली। ठीक है जी। जय श्री राम। हेलो, मैं दसना चाहिए जो। हेलो, हाँ जी पंडित जी, बेटी का बार का पूछना सी। डेट और टाइम दसो। 30 सितंबर 1996 शनिवार 6 बजे का जन्म। ਕੀ ਬੁਣਨਾ ਚਾਹੁੰਦੇ ਹੋ? ਬੇਟੀ ਨੂੰ ਕੈਨੇਡਾ ਭੇਜਣਾ ਚਾਹੁੰਦੇ ਆ, ਵੇਖੋ ਬਣ ਜੂ ਗੱਲ। ਕੀ ਕਰਦੀ ਕੀ ਹੁਣ ਲੜਕੀ? ਹੁਣ ਜੀ ਪੜ੍ਹਦੀ ਆ ਤੇ ਆਈਲੈਟਸ ਕਰਨੀ ਜੀ। ਕਿੰਨਵੀਂ ਚ ਪੜ੍ਹਦੀ ਪਈ ਆ? ਪਲੱਸ 2 ਕਰ ਲਈ ਆ। 1996 ਦੱਸਿਆ? ਹਾਂ ਜੀ, 30 ਸਤੰਬਰ 1996 6 ਵਜੇ ਦਾ ਸ਼ਨੀਵਾਰ ਦਾ ਜਨਮ ਆ। ਕਿਸੇ ਨੂੰ ਪੈਸਾ ਨਹੀਂ ਜ਼ਿਆਦਾ ਦੇਣਾ। ਹਾਂਜੀ। ਹਰੀ ਮੂੰਗੀ ਧਾਰਮਿਕ ਸਥਾਨ ਤੇ ਦਾਨ ਦੇਣੀ। ਜਲਦੀ ਉੱਠਣਾ, ਨਹਾਉਣ ਤੋਂ ਪਹਿਲੇ ਨਹਾਉਣ ਤੋਂ ਬਾਅਦ ਤੇਲ ਮਲਣਾ। ਕਿਹਨੇ ਮਾਰਨੀ ਤੇਰੀ ਪੰਡਿਤ ਜੀ? ਹਰੀ ਮੂੰਗੀ ਬੁੱਧਵਾਰ ਨੂੰ। ਤੇ ਪੰਡਿਤ ਜੀ ਇਸ ਸੰਦ ਵਿੱਚ ਬਣ ਜੂਗਾ? 17 ਵਿੱਚ? 17 ਦੇ ਵਿੱਚ ਨਹੀਂ ਬਣਨਾ, 18 ਚ ਜਾਊਗੀ। ਅੱਛਾ ਪੰਡਿਤ ਜੀ, ਚਲੇ ਜਾਊਗੀ। ਠੀਕ ਹੈ। ਹਾਲੇ ਤਾਂ ਪੇਪਰ ਦੇਣਾ ਇਹਨੇ। ਹਾਂਜੀ ਹਾਂਜੀ, ਦੇਣਾ ਜੀ ਪੁੱਤਰ। ਤੇ ਪੇਪਰ ਦੇਣਾ ਤੇ ਕਦੋਂ ਪੇਪਰ ਦਊਗੀ? ਫਿਰ ਫਾਈਲ ਲਾਊਗੀ। ਉਸ ਤੋਂ ਬਾਅਦ ਏਜੰਟ ਵੀ ਆਰਾਮ ਨਾਲ ਹੀ ਕੰਮ ਕਰਦਾ ਆ, ਕਿਉਂਕਿ ਅੱਗੇ ਦੀਆਂ ਗੱਲਾਂ ਖਤਮ ਹੋ ਗਈਆਂ ਵੀ ਜਲਦੀ ਜਲਦੀ ਕਰਾਂਗੇ ਤੇ ਦੂਜਾ ਕੇਸ ਮਿਲੂਗਾ। ਬੁੱਧਵਾਰ ਨੂੰ 1 ਕਿਲੋ। ਜੈ ਸ਼੍ਰੀ ਰਾਮ। ਮੇਰੇ ਨਾ ਬਹੁਤ ਪਰੇਸ਼ਾਨ ਆ, ਮੇਰੇ ਮੁੰਡੇ ਦਾ ਨਾ 3 ਸਾਲ ਹੋ ਗਏ ਤਲਾਕ ਹੋ ਗਿਆ, ਵਿਆਹ ਹੋਇਆ ਸੀ ਤਾਂ। ਅੱਛਾ ਜੀ। ਤੇ ਪਹਿਲਾਂ ਵੱਡੇ ਮੁੰਡੇ ਦਾ ਵੀ ਹੋ ਗਿਆ ਸੀ 10 ਸਾਲ ਪਹਿਲਾਂ ਤਲਾਕ, ਉਹਦੇ ਦੁਆਰਾ ਹੋ ਗਿਆ। ਮੈਨੂੰ ਇੰਨੀ ਪਰੇਸ਼ਾਨੀ ਰਹਿੰਦੀ ਹੈ ਬਹੁਤ, ਵੀ ਇਹਦਾ ਹੁਣ ਕਦੋਂ ਯੋਗ ਬਣੂਗਾ ਮੁੰਡੇ ਦਾ। ਡੇਟ ਤੇ ਟਾਈਮ ਦੱਸੋ ਮੈਨੂੰ। ਇਹਦਾ ਡੇਟ ਸਨ 8 ਜਨਵਰੀ 1980। 8 ਜਨਵਰੀ 1980। ਹਾਂਜੀ। ਜਨਮ ਦਾ ਟਾਈਮ? ਜਨਮ ਦਾ ਟਾਈਮ ਮੰਗਲਵਾਰ ਰਾਤ ਨੂੰ 1:15 ਵਜੇ। ਅੱਛਾ ਜੀ। ਜਨਮ ਕਿੱਥੇ? ਹਾਂਜੀ, ਸੰਗਰੂਰ ਦਾ। ਇੱਕ ਵਾਰੀ ਆ ਕੇ ਮਿਲੇ ਬੱਚਾ? ਇਹਦਾ ਦਿਮਾਗ ਪੁੱਠਾ ਜ਼ਿਆਦਾ ਚੱਲਦਾ, ਸਿੱਧਾ ਘੱਟ ਚੱਲਦਾ। ਅੱਛਾ ਜੀ। ਦੂਜੇ ਨੰਬਰ ਤੇ ਤਕਲੀਫਾਂ ਜ਼ਿਆਦਾ ਆ, ਹਰੇਕ ਕੰਮ ਵਿਗੜ ਜਾਂਦਾ। ਵਿਆਹ ਤਾਂ ਜਾਊਗਾ ਉਹ? ਅੱਛਾ ਜੀ। ਵਿਆਹ ਤਾਂ ਜਦੋਂ ਮੇਰੇ ਕੋਲ ਆਊਗਾ 1 ਮਹੀਨੇ ਤੋਂ ਲੈ ਕੇ ਤੇ 7 ਮਹੀਨੇ ਚ ਵਿਆਹ ਹੋ ਜਾਊਗਾ। ਪਰ ਵਿਆਹ ਰਹਿ ਜਾਵੇ ਤੇ ਕਦੇ ਕਦੇ ਸ਼ੱਕਰ ਨਾਲ ਰੋਟੀ ਖਾਣੀ, ਸੂਰਜ ਨੂੰ ਜਲ ਦੇਣਾ, ਪਿੱਪਲ ਤੇ ਜਲ ਚੜਾਉਣਾ, ਓਮ ਨਮੋ ਸ਼ਿਵਾਏ ਦਾ ਜਾਪ ਕਰਨਾ। ਇੱਕ ਵਾਰੀ ਆ ਕੇ ਮਿਲ ਕੇ ਜ਼ਰੂਰ ਜਾਵੇ। ਜੈ ਸ਼੍ਰੀ ਰਾਮ। ਮੈਂ ਇਹ ਦੱਸਣਾ ਚਾਹੁੰਦਾ ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਹੈ,
ਪਹਿਲੀ ਗੱਲ ਤਾਂ ਇਹ ਹੈ ਕਿ ਕਈ ਵਾਰੀ ਸਾਡਾ ਪ੍ਰੋਗਰਾਮ ਨਹੀਂ ਆਉਂਦਾ, ਅਚਾਨਕ ਸਾਨੂੰ ਕਈ ਵਾਰੀ ਸ਼ਾਮ ਨੂੰ ਫੋਨ ਆ ਜਾਂਦਾ ਵੀ ਅੱਜ ਪ੍ਰੋਗਰਾਮ ਹੈ ਨਹੀਂ, ਅਸੀਂ ਦੱਸਣਾ ਵੀ ਭੁੱਲ ਜਾਂਦੇ ਹਾਂ, ਕਿਉਂਕਿ ਜੇ ਪਹਿਲੇ ਪਤਾ ਵੀ ਅਸੀਂ ਦੱਸ ਕੇ ਜਾਂਦੇ ਕਿ ਪ੍ਰੋਗਰਾਮ ਨਹੀਂ ਆਉਣਾ। ਪਰ ਜਿੰਨੇ ਵੀ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਆ, ਅਗਰ ਅਸੀਂ ਛੁੱਟੀ ਨਹੀਂ ਕਰਦੇ ਤਾਂ ਉਹਦੇ ਬਾਰੇ ਵੀ ਅਸੀਂ ਤੁਹਾਨੂੰ ਦੱਸ ਕੇ ਜਾਂਦੇ, ਕਰਨੀ ਹੁੰਦੀ ਹੈ ਅਤੇ ਅਸੀਂ 5-7 ਦਿਨ ਪਹਿਲੇ ਰੌਲਾ ਪਾ ਦਈਦਾ ਵੀ ਉਸ ਦਿਨ ਦੀ ਛੁੱਟੀ ਆ ਸਾਡੀ। ਕੋਈ ਸਾਡਾ ਪ੍ਰੋਗਰਾਮ ਆਵੇ ਜਾਂ ਨਾ ਆਵੇ, ਸਾਰੇ ਤੁਹਾਡੇ ਕੋਲ ਨੰਬਰ ਹੁੰਦੇ ਫੇਸਬੁੱਕ 'ਤੇ ਵੀ, ਤੁਸੀਂ ਸਾਡੇ ਨੰਬਰ ਕੱਢ ਸਕਦੇ ਹੋ, ਠੀਕ ਹੈ ਜੀ, ਯੂਟਿਊਬ 'ਤੇ ਵੀ ਕੱਢ ਸਕਦੇ ਹੋ, ਸਾਨੂੰ ਫੋਨ ਕਰਕੇ ਵੀ ਆ ਸਕਦੇ ਹੋ ਵੀ ਬੈਠੇ ਕੇ। ਪਹਿਲੀ ਗੱਲ ਤਾਂ 100% ਅਸੀਂ ਬੈਠੇ ਹੁੰਦੇ ਹਾਂ, ਜਦੋਂ ਜਾਣਾ ਹੁੰਦਾ ਸੀ ਕਈ ਦਿਨ ਪਹਿਲੇ ਦੱਸ ਦਿੱਤਾ ਵੀ ਅਸੀਂ ਜਾਣਾ ਹੁੰਦੇ, ਪ੍ਰੋਗਰਾਮ ਨਹੀਂ ਆਉਂਦਾ। ਇਸ ਚੀਜ਼ ਦਾ ਹਰ ਇੱਕ ਬੰਦਾ ਧਿਆਨ ਰੱਖੋ, ਜਦੋਂ ਸਾਡਾ ਪ੍ਰੋਗਰਾਮ ਨਹੀਂ ਹੁੰਦਾ ਟੀਵੀ 'ਤੇ ਉਦੋਂ ਹਰ ਇੱਕ ਬੰਦਾ ਸੋਚਦਾ ਸ਼ਾਇਦ ਪੰਡਿਤ ਜੀ ਬਾਹਰ ਚਲੇ ਗਏ ਹੋਣ। ਹਾਲੇ ਜਿਹੜਾ ਸਾਡਾ ਬਾਹਰ ਜਾਂਦਾ ਥੋੜ੍ਹਾ ਜਿਹਾ ਲੇਟ ਹੈ, ਜਾਵਾਂਗੇ ਲੇਕਿਨ ਹਫ਼ਤੇ ਵਾਸਤੇ, ਲੇਕਿਨ ਇਸ ਮਹੀਨੇ ਦੇ ਐਂਡ 'ਚ ਜਾਂ ਨਵੇਂ ਮਹੀਨੇ 'ਚ ਜਾਵਾਂਗੇ, ਲੇਕਿਨ ਦੱਸ ਕੇ ਜਾਵਾਂਗੇ, ਜਿਹਨੇ ਮਿਲਣਾ ਉਹਦੇ ਵਾਸਤੇ ਖੁੱਲ੍ਹਾ ਟਾਈਮ ਹੈ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਡੇਟ ਔਰ ਟਾਈਮ ਦੱਸੋ। 4/11/95 ਜੀ। ਜਨਮ ਦਾ ਟਾਈਮ? ਜਨਮ ਦਾ ਟਾਈਮ ਵੀ ਸੁਬਹ ਦਾ 4:30 ਦਾ। ਹਾਂਜੀ, ਕੀ ਬੋਲਣਾ ਜੀ? ਨੌਕਰੀ ਬਾਰੇ ਪੁੱਛਣਾ ਜੀ, ਮੇਰੇ ਭਰਾ ਦਾ ਸਰਕਾਰੀ ਨੌਕਰੀ ਦਾ ਕਦੋਂ ਮਿਲਵਾਉਣ ਵਾਲਾ, ਭਵਿੱਖ ਵੀ ਪੁੱਛਣਾ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਸਿੰਘਾਂ ਪਿੰਡ ਆਈ ਫਰੀਦਕੋਟ। ਇਹ ਬੱਚਾ ਤੁਹਾਡਾ ਬੋਲਦਾ ਜ਼ਿਆਦਾ ਆ, ਮਰਜ਼ੀ ਆਪਦੀ ਕਰਦਾ, ਇਹਦੇ ਕੰਮ ਵਿਗੜਦੇ ਜ਼ਿਆਦਾ ਆ, ਤੇ ਇਹਨੂੰ ਆਪਦੇ ਕੋਲੇ ਜੇ ਰੱਖੋਗੇ ਤੇ ਪਰੇਸ਼ਾਨ ਰਹੂਗਾ। ਠੀਕ ਹੈ, ਆਪਦੇ ਤੋਂ ਦੂਰ ਭੇਜ ਦਿਓ। ਮੱਛੀਆਂ ਨੂੰ ਕਦੇ ਕਦੇ ਆਟਾ ਪਾਣਾ, 7 ਪੀਸ ਤਾਂਬੇ ਦੇ ਐ ਤੁਹਾਨੂੰ ਜ਼ਮੀਨ 'ਚ ਦਬਣੇ। ਕਿਵੇਂ? 7 ਪੀਸ ਤਾਂਬੇ ਦੇ ਐ ਤੁਹਾਨੂੰ ਜ਼ਮੀਨ 'ਚ ਦਬਣੇ। 7 ਪੀਸ ਇੰਚ ਬਾਈ ਇੰਚ ਦੇ ਤਾਂਬੇ ਦੇ ਪੀਸ ਜ਼ਮੀਨ ਦੇ ਵਿੱਚ ਵਿਰਾਨੀ ਜਗ੍ਹਾ 'ਚ ਦਬਣੇ ਐਤਵਾਰ ਵਾਲੇ ਦਿਨ, ਤੇ ਆਪਦੇ ਤੋਂ ਦੂਰ ਭੇਜ ਦਿਓ। ਕਾਮਯਾਬ ਹੋ ਜੂ, ਪਰ ਫਿਰ ਵੀ ਕਿਤੇ ਪੈਸੇ ਨਾਲ ਲਾ ਬੈਠੀਓ ਵੀ ਇਹਨੂੰ ਨੌਕਰੀ ਮਿਲ ਜੂਗੀ, ਪੈਸੇ ਖਰਾਬ ਹੋ ਜਾਊਗੇ। ਕਿੰਨੇ ਟਾਈਮ ਤੇ ਮਿਲ ਜੂਗੀ ਨੌਕਰੀ? ਮੈਂ ਕਿਹਾ ਨੌਕਰੀ ਵਾਸਤੇ ਪੈਸੇ ਨਾ ਲਾ ਦਿਓ। ਠੀਕ ਹੈ, ਕਿੰਨੇ ਟਾਈਮ ਤੇ ਮਿਲ ਸਕਦੀ ਨੌਕਰੀ? ਹਲੇ ਨਹੀਂ ਮਿਲਦੀ, ਨੌਕਰੀ ਲੇਟ ਮਿਲੂਗੀ, ਪਰ ਸਲਾਹ ਕਰਦੇ ਰਹੋ, ਮੇਰੇ ਕੋਲ ਆਉਂਦੇ ਰਹੋ, ਨੌਕਰੀ ਦਾ ਯੋਗ 2019 ਤੋਂ ਬਾਅਦ ਦਾ ਬਣੂਗਾ। ਜੈ ਸ਼੍ਰੀ ਰਾਮ। ਹੈਲੋ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਡੇਟ ਔਰ ਟਾਈਮ? ਅਸੀਂ 1990 ਜਨਵਰੀ 16 ਜਨਵਰੀ। 16 ਜਨਵਰੀ, ਹਾਂਜੀ, 1990। ਜਨਮ ਦਾ ਟਾਈਮ? 6 ਵਜੇ ਸਰ, ਸ਼ਾਮ ਕਾ। ਹਾਂਜੀ, ਕੀ ਬੋਲਣਾ ਚਾਹੁੰਦੇ ਹੋ? ਸਰ, ਮੇਰਾ ਕੋਈ ਕੰਮ ਨਹੀਂ ਚੱਲ ਰਿਹਾ, ਨਾ ਜਿੰਨੇ ਤੱਕ ਕੋਈ ਕੰਮ। ਹਾਂਜੀ, ਕੀ ਬੋਲਣਾ ਚਾਹੁੰਦੇ ਹੋ? ਕੰਮ ਦਾ? ਕੋਈ ਵੀ ਕੰਮ ਕਰਦਾ, ਕੋਈ ਵੀ ਮੇਰਾ ਦਿਲ ਨਹੀਂ ਲੱਗਦਾ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਸਰ, ਗੁਰਦਾਸਪੁਰ ਜ਼ਿਲ੍ਹੇ ਤੋਂ ਬੋਲਦੇ। ਸਿਰ ਢੱਕ ਕੇ ਰੱਖਣਾ। ਹਾਂਜੀ ਸਰ। ਜਲਦਬਾਜ਼ੀ ਜ਼ਿਆਦਾ ਨਹੀਂ ਕਰਨੀ। ਠੀਕ ਸਰ। ਯਾਰਾਂ ਦੋਸਤਿਆਂ ਦੀਆਂ ਗੱਲਾਂ 'ਚ ਨਹੀਂ ਆਉਣਾ। ਠੀਕ ਸਰ। ਮਾਤਾ ਪਿਤਾ ਦੇ ਪੈਰੀ ਹੱਥ ਲਾਣੇ। ਠੀਕ ਸਰ। ਤੇ ਇੱਕ ਹਰੀ ਮੂੰਗੀ ਧਾਰਮਿਕ ਸਥਾਨ 'ਤੇ 2 ਵਾਰੀ ਦਾਨ ਦੇਣੀ। ਠੀਕ ਸਰ। ਇਹ ਉਪਾਏ ਕਰੋ, ਕੰਮ ਬਣ ਜਾਊਗੇ। ਜੈ ਸ਼੍ਰੀ ਰਾਮ। ਹੈਲੋ। ਹਾਂਜੀ ਵੀਰ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਮਾਨਸਾ ਤੋਂ ਬੋਲ ਰਹੇ ਜੀ ਸਰ। ਹਾਂਜੀ, ਕਿਹਦੇ ਬਾਰੇ ਪੁੱਛਣਾ ਚਾਹੁੰਦੇ ਹੋ? ਸਰ, ਉਹਦੇ ਬਾਰੇ ਪੁੱਛ ਰਹੀ ਸੀ, ਪੁੱਛਣਾ ਸੀ। ਹਾਂਜੀ, ਕੀ ਪੁੱਛਣਾ ਜੀ? ਸਰ, ਵਿਆਹ ਨੂੰ 6 ਸਾਲ ਹੋ ਗਏ, ਬੱਚਾ ਨਹੀਂ ਸੀ ਹੋ ਰਿਹਾ। ਡੇਟ ਔਫ ਬੋਲਿਓ। ਸਰ, 12/1/84। 12/1/84। ਹਾਂਜੀ ਸਰ। ਜਨਮ ਦਾ ਟਾਈਮ ਜੀ? ਸਰ, 1:20 ਦੁਪਹਿਰ ਦੇ। ਕੀ ਕਰਦੇ ਹੋ ਕੰਮ? ਸਰ, ਨੌਕਰੀ ਕਰ ਰਹੇ ਹਾਂ ਜੀ, ਸਰਕਾਰੀ ਨੌਕਰੀ। ਕਿਸ ਡਿਪਾਰਟਮੈਂਟ 'ਚ ਹੋ? ਸਰ, ADC ਆਫਿਸ। ਧਾਗਾ ਤਵੀਤ ਘਰ ਦੇ ਵਿੱਚ ਨਹੀਂ ਰੱਖਣਾ। ਹਾਂਜੀ ਸਰ। ਧਾਗਾ ਤਵੀਤ ਘਰੇ ਨਹੀਂ ਰੱਖਣਾ ਜੀ ਸਰ, ਬਿਲਕੁਲ ਨਾ ਕਿਸੇ ਕੋਲ ਲੈ ਕੇ ਆਣਾ। 7 ਬਦਾਮ ਗਿੱਲਾ ਨਾਰੀਅਲ ਸ਼ਨੀਵਾਰ ਨੂੰ ਹਰ ਮਹੀਨੇ ਜਲ ਪ੍ਰਵਾਹ ਕਰਨਾ। ਸਰ, 1 ਸਕਿੰਟ, 7 ਬਦਾਮ ਗਿੱਲਾ ਨਾਰੀਅਲ ਹਰ ਮਹੀਨੇ ਸ਼ਨੀਵਾਰ ਨੂੰ ਜਲ ਪ੍ਰਵਾਹ ਕਰਨਾ। ਠੀਕ ਹੈ ਜੀ। ਕਾਲੇ ਮਾਂ ਗੁਰਦੁਆਰੇ ਸ਼ਨੀਵਾਰ ਨੂੰ ਦਾਨ ਦੇਣੇ। ਕਾਲੇ ਮਾਂ ਗੁਰਦੁਆਰੇ ਸਰ, ਹਰ ਸ਼ਨੀਵਾਰ? ਹਾਂਜੀ, ਨਾ ਨਾ, ਮਹੀਨੇ 'ਚ ਇੱਕ ਵਾਰੀ। ਮਹੀਨੇ 'ਚ ਇੱਕ ਵਾਰੀ ਆ ਸ਼ਨੀਵਾਰ ਨੂੰ। ਤੇ ਘਰ ਵਾਲੇ ਦੀ ਡੇਟ ਆਫ ਬਰਥ ਹੈਗੀ ਹੈ? ਸਰ, ਡੇਟ ਆਫ ਬਰਥ ਤਾਂ ਹੈਗੀ ਹੈ ਪਰ ਟਾਈਮ ਨਹੀਂ ਹੈਗਾ। ਕੋਈ ਗੱਲ ਨਹੀਂ, ਡੇਟ ਆਫ ਬਰਥ ਦੱਸੋ। ਚੌਦਾਂ ਬਾਰਾਂ 86 ਸਰ, 1900। 14/12/1986।
ਇਹਨਾਂ ਨੇ ਮਹਿਰੂਨ ਰੰਗ ਦਾ ਕੱਪੜਾ ਨਹੀਂ ਪਾਣਾ। ਠੀਕ ਹੈ ਜੀ। ਠੀਕ ਹੈ ਜੀ। ਤੇ ਦਹੀਂ ਮਲ ਕੇ ਕਦੇ ਕਦੇ ਨਹਾਉਣਾ, ਸਿਹਤ ਦਾ ਧਿਆਨ ਰੱਖਣਾ। ਠੀਕ ਹੈ ਜੀ। ਤੇ ਵੱਡਿਆਂ ਦੇ ਨਾਮ ਦੀ ਹਰ ਮਹੀਨੇ ਰੋਟੀ ਖਵਾਣੀ ਕਿਸੇ ਗਰੀਬ ਨੂੰ। ਠੀਕ ਹੈ। ਜਦੋਂ ਦੇਸੀ ਮਹੀਨਾ ਚੜ੍ਹਦਾ। ਜਦੋਂ ਦੇਸੀ ਮਹੀਨਾ ਚੜ੍ਹਦਾ। ਹਾਂ। ਤੇ ਜਦੋਂ ਦਿਨ ਚੜ ਜਾਣ ਉਦੋਂ ਤੁਸੀਂ ਮੇਰੇ ਕੋਲ ਆਣਾ, ਕੱਲਿਆਂ ਨੇ ਇਹਨਾਂ ਨੂੰ ਨਾਲ ਨੀ ਲੈ ਕੇ ਆਣਾ। ਠੀਕ ਹੈ ਜੀ। ਠੀਕ ਹੈ ਜੀ। ਉਹਨਾਂ ਦਿਨਾਂ ਦੇ ਵਿੱਚ ਹੀ ਆ ਜਾਣਾ, ਜ਼ਿਆਦਾ ਟਾਈਮ ਨਾ ਪਾਈਓ ਪਹਿਲੇ। ਠੀਕ ਹੈ ਜੀ। ਤਾਂ ਕਿ ਰੱਬ ਚੰਗੀ ਚੀਜ਼ ਦੇ ਦੇਵੇ। ਬਿਲਕੁਲ ਬਿਲਕੁਲ ਜੀ ਸਰ, ਜੀ ਸਰ। ਤੇ ਹਰ ਸਾਲ ਹਾਂਜੀ ਹਾਂਜੀ ਵੱਡੇ ਦੇ ਨਾਮ ਦੀ ਕਿਸੇ ਗਰੀਬ ਨੂੰ ਰੋਟੀ ਖਵਾਣੀ, ਸ਼ਰਾਧ ਵਧੀਆ ਮਨਾਣੇ। ਠੀਕ ਹੈ ਜੀ। ਇੱਕ ਜਿੱਥੇ ਵੀ ਤੁਸੀਂ ਵੱਡ ਵਡੇ ਨੇ, ਜੋ ਵੀ ਤੁਹਾਡੇ ਘਰ ਦੇ ਮੰਨਦੇ, ਉਹਨਾਂ ਨੂੰ ਮੰਨਣਾ ਸ਼ੁਰੂ ਕਰ ਦਿਓ। ਮੰਨਦੇ ਆ ਸਰ ਉਹਨਾਂ ਨੂੰ ਤਾਂ। ਬਸ ਜੈ ਸ਼੍ਰੀ ਰਾਮ। ਹੈਲੋ। ਹੈਲੋ। ਹਾਂਜੀ, ਡੇਟ ਟੂ ਟਾਈਮ ਦੱਸੋ ਜੀ। ਹਾਂਜੀ, 7/10/2000 7/10/2000 ਹਾਂਜੀ, ਦਿਨ ਸ਼ਨੀਵਾਰ ਜੀ। ਟਾਈਮ ਜਨਮ ਦਾ? ਸਵੇਰੇ 6 ਵਜੇ ਦਾ ਜੀ। ਸਵੇਰੇ 6 ਵਜੇ ਦਾ? ਹਾਂਜੀ ਹਾਂਜੀ। ਕੀ ਪੁੱਛਣਾ ਚਾਹੁੰਦੇ ਹੋ? ਮੇਰਾ ਬੇਟਾ ਹੈ ਜੀ, ਉਹ 16 ਸਾਲ ਦਾ ਜੀ। ਤੇ ਪਲੱਸ ਟੂ ਹੀ ਪੜ੍ਹਦਾ ਜੀ। ਅੱਛਾ ਜੀ। ਜਿਹੜਾ ਆਪਰੇਸ਼ਨ ਵੀ ਕਰਵਾਇਆ ਠੀਕ ਨਹੀਂ ਹੋਇਆ, ਜੇ ਕੋਈ ਵੀ ਕੰਮ ਕਰਦਾ ਗਲਤ ਹੁੰਦੇ ਜਾਂਦੇ ਆ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਅਸੀਂ ਚਾਂਤਾ ਜੀ ਲੁਧਿਆਣੇ ਤੋਂ ਬੋਲਦੇ ਆ ਜੀ। ਇੱਕ ਵਾਰੀ ਆਣ ਕੇ ਮਿਲੇ ਬੱਚਾ, ਤੁਹਾਡੇ ਘਰ ਦੇ ਵਿੱਚ ਤਰੇੜਾਂ ਬਹੁਤ ਜ਼ਿਆਦਾ ਹੈਗੀਆਂ। ਹਾਂਜੀ। ਕਈ ਜਗ੍ਹਾ ਤੋਂ ਕਲੀ ਲੱਥੀ ਹੋਈ ਹੈ। ਹਾਂਜੀ। ਔਰ ਇਹ ਬੱਚਾ ਪਰੇਸ਼ਾਨ ਜ਼ਿਆਦਾ ਰਹੂਗਾ, ਪਿਛਲੇ 8-10 ਮਹੀਨਿਆਂ ਤੋਂ ਤਾਂ ਬਹੁਤ ਪਰੇਸ਼ਾਨ ਚੱਲ ਰਿਹਾ। ਅੱਛਾ ਜੀ। ਤੇ ਇੱਕ ਵਾਰੀ ਤੁਸੀਂ ਆ ਕੇ ਮਿਲੋ, ਟੀਵੀ ਤੇ ਗੱਲਾਂ ਨਹੀਂ ਹੋਣੀਆਂ, ਬੱਚਾ ਠੀਕ ਹੋ ਜਾਊਗਾ, ਸਿਰ ਢੱਕ ਕੇ ਰੱਖਿਆ ਕਰੇ। ਅੱਛਾ ਜੀ। ਤੇ ਦਹੀਂ ਮਲ ਕੇ ਨਹਾਉਣਾ ਕਦੇ ਕਦੇ। ਤੇ ਜਦੋਂ ਟਾਈਮ ਲੱਗਦਾ ਇੱਕ ਵਾਰ ਲੁਧਿਆਣੇ ਆ ਕੇ ਮਿਲੇ ਮੈਨੂੰ। ਜੈ ਸ਼੍ਰੀ ਰਾਮ। ਹੈਲੋ 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 ਹਾਂਜੀ ਹੈਲੋ ਜੈ ਸ਼੍ਰੀ ਰਾਮ ਜੀ, ਬੋਲੋ ਜੀ। ਜੀ 8/12 ਜੀ 2008 8/12/2008 ਜੀ ਜੀ। ਤੇ ਟਾਈਮ ਹੈਗਾ ਜੀ 5 ਸ਼ਾਮ ਦੇ 5:08 ਜੀ। ਠੀਕ ਹੈ ਜੀ। ਇਹ ਜੀ ਬੱਚੇ ਬਾਰੇ ਪੁੱਛਣਾ ਜੀ, ਇਹ ਜੀ ਜਿੱਦੀ ਬਹੁਤ ਹੈਗਾ, ਕਹਿਣਾ ਕੁਹਣਾ ਨੀ ਮੰਨਦਾ ਹੈਗਾ, ਤੇ ਪੜ੍ਹਦਾ ਪੁੜਦਾ ਘੱਟ ਵੱਧ ਜੀ, ਪੜ੍ਹਾਈ ਧਿਆਨ ਨੀ ਲਗਾਉਂਦਾ ਹੈਗਾ। ਤੁਹਾਡਾ ਕੀ ਲੱਗਦਾ? ਹਾਂਜੀ ਭਰਾ ਲੱਗਦਾ ਜੀ। ਅੱਛਾ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਹਾਂਜੀ ਜਲੰਧਰ ਤੋਂ ਜੀ। ਤੁਹਾਡੇ ਘਰ ਦੇ ਵਿੱਚੋਂ ਸਾਰੇ ਵਿਅਕਤੀ ਪੜ੍ਹਨ ਦੇ ਵਿੱਚ ਢਿੱਲੇ ਆ? ਹਾਂਜੀ ਹਾਂਜੀ। ਜੈਂਟਸ, ਇਸ ਬੱਚੇ ਨੂੰ ਜ਼ਿਆਦਾ ਤੁਸੀਂ ਝਮਲਾਣਾ ਨਹੀਂ ਹੋ। ਠੀਕ ਹੈ ਜੀ। ਸੌਂਫ ਖਾਣੀ ਕਦੇ ਕਦੇ, ਮੱਛਰੇ ਨੂੰ ਆਟਾ ਪਾਣਾ, ਵਾਈਟ ਦੁੱਧ ਨਹੀਂ ਪੀਣਾ, ਸਿਰ ਢੱਕ ਕੇ ਰੱਖਣਾ, ਘਰ ਦੇ ਬਾਹਰ ਝਾੜੂ ਲਗਾਉਣਾ। ਠੀਕ ਹੈ ਜੀ। ਇਹ ਅਪਾਏ ਕਰਾਓ। ਨਹੀਂ ਇਹਨੇ ਲਗਾਉਣਾ ਹੀ ਘਰ ਦੇ ਬਾਹਰ, ਇਹਨੇ ਲਾਣਾ, ਹੋਰ ਕਿਹਨੇ ਲਾਣਾ। ਠੀਕ ਹੈ ਜੀ। ਠੀਕ ਹੈ ਜੀ। ਇਹ ਅਪਾਏ ਕਰਾਓ ਪਹਿਲੇ, ਕੁਛ ਠੀਕ ਹੋ ਜਾਊਗਾ। ਖਾਲੀ ਟੋਕਰਾ ਨਹੀਂ ਕੋਠੇ ਤੇ ਰੱਖਣਾ। ਹਾਂਜੀ ਕੀ? ਖਾਲੀ ਟੋਕਰਾ ਕੋਠੇ ਤੇ ਨਹੀਂ ਰੱਖਣਾ। ਠੀਕ ਹੈ ਜੀ। ਜੈ ਸ਼੍ਰੀ ਰਾਮ। ਜੈ ਸ਼੍ਰੀ ਰਾਮ। ਹੈਲੋ 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 ਰਾਧੇ ਸ਼ਾਮ ਜੀ, ਬੋਲੋ। ਹਾਂਜੀ, ਨਾਮਪੁਰ ਤੋਂ ਬੋਲਿਆ ਜੀ। ਡੇਟ ਔਰ ਟਾਈਮ ਦੱਸੋ ਜਲਦੀ। 25/10/1983 ਜੀ। ਜਨਮ ਦਾ ਟਾਈਮ? ਜਨਮ 4:15 ਸਵੇਰ ਦੀ। 1984 83 ਟਾਈਮ ਕਿੰਨਾ ਸ਼ਾਮ ਦਾ? ਸਵੇਰ ਦਾ ਹੀ ਟਾਈਮ ਹੈ 4:15 ਦਾ ਜੀ। ਹਾਂਜੀ, ਕੀ ਬੋਲਣਾ ਚਾਹੁੰਦੇ ਹੋ? ਸਰ ਜੀ ਤੰਗੀ ਬਹੁਤ ਚੱਲਦੀ ਜੀ, ਮੈਂ ਬਿਮਾਰ ਸਮਾਜੀ ਬਹੁਤ ਰਹਿੰਦੀ ਜੀ ਘਰ 'ਚ ਜੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਪਿੰਡ ਨਾਮਪੁਰ ਸੰਗੂਰਾ ਜੀ। ਕੀ ਕੰਮ ਕਰਦੇ ਹੋ? ਲੋਹੇ ਦਾ ਕੰਮ ਕਰਦਾ ਜੀ, ਬਿਲਡਿੰਗ ਦਾ ਜੀ, ਕਰਜ਼ਾ ਚੜੀ ਜਾਂਦਾ ਜੀ। ਇੱਕ ਤਾਂ ਤੁਸੀਂ ਬੋਲਦੇ ਜ਼ਿਆਦਾ ਹੋ। ਹਾਂ ਜੀ ਸਹੀ ਗੱਲ। ਕਿਸੇ ਦੀ ਗੱਲ ਨਹੀਂ ਮੰਨਦੇ, ਜਿੱਦ 'ਚ ਕੰਮ ਖਰਾਬ ਕਰ ਲੈਂਦੇ ਹੋ। ਹਾਂ ਜੀ। ਬਾਂਦਰ ਨੂੰ ਗੁੜ ਚਣੇ ਤੇ ਕੇਲੇ ਖਵਾਣੇ, ਸੂਰਜ ਨੂੰ ਜਲ ਦੇਣਾ, 7 ਪੀਸ ਤਾਂਬੇ ਦੇ ਐਤਵਾਰ ਨੂੰ ਜ਼ਮੀਨ 'ਚ ਦਬਾਣੇ। ਅੱਛਾ ਜੀ। ਕਦੇ ਕਦੇ ਦੁੱਧ ਮਲ ਕੇ ਨਹਾਉਣਾ, ਘਰ 'ਚ ਕੱਚੀ ਲੱਸੀ ਦਾ ਛਿੱਟਾ ਦਿੰਦੇ ਰਹੋ। ਅੱਛਾ ਜੀ। ਸੌਂਫ ਖਾਣੀ ਕਦੇ ਕਦੇ। ਅੱਛਾ ਜੀ। ਤੇ ਇਹ ਅਪਾਏ ਕਰ ਲਓ, ਤੇ ਹਰ ਮਹੀਨੇ ਛੋਲਿਆਂ ਦਾਲ ਧਾਰਮਿਕ ਸਥਾਨ ਤੇ ਦਾਨ ਦੇਣੀ, ਤੇ ਵੀਰਵਾਰ ਨੂੰ ਘਰੇ ਕੱਪੜੇ ਨਹੀਂ ਧੋਣੇ। ਕਿਹੜੇ ਦਿਨ ਜੀ? ਵੀਰਵਾਰ ਨੂੰ। ਵੀਰਵਾਰ ਨੂੰ। ਠੀਕ ਹੈ ਜੀ। ਤੇ ਇੱਕ ਵਾਰੀ ਆਪਦਾ ਟਾਈਮ ਪਾਸ ਕਰਨਾ ਸ਼ੁਰੂ ਕਰ ਦਿਓ, ਜ਼ਿਆਦਾ ਕਿਸੇ ਨਾਲ ਬਹਿਸ ਨਾ ਨਹੀਂ ਹੋ। ਅੱਛਾ ਜੀ। ਤੇ ਕੁਛ ਸਮਾਂ ਤੁਹਾਡਾ ਹਾਲੇ ਹੈਗਾ 10 ਮਹੀਨਿਆਂ ਦਾ ਖਰਾਬ। ਅੱਛਾ ਜੀ। 9-10 ਮਹੀਨਿਆਂ ਦਾ ਸਮਾਂ ਖਰਾਬ ਹੈ, ਫਿਰ ਤਾਂ ਬਹੁਤ ਵਧੀਆ ਸਮਾਂ ਸ਼ੁਰੂ ਹੋ ਜਾਊਗਾ। ਠੀਕ ਹੈ ਜੀ। ਤੇ ਇਹ ਨਾ ਸੋਚੋ ਵੀ ਕੁਛ ਬਣਨਾ ਨਹੀਂ, ਸਭ ਕੁਛ ਬਣ ਜਾਊਗਾ। ਜੈ ਸ਼੍ਰੀ ਰਾਮ।
ਹੈਲੋ 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 ਸਤਿ ਸ਼੍ਰੀ ਅਕਾਲ ਪੰਡਿਤ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੈਂ ਆਪਣੇ ਭਰਾ ਬਾਰੇ ਪੁੱਛਣਾ ਜੀ। ਡੇਟ ਔਰ ਟਾਈਮ ਦੱਸੋ। ਹਾਂਜੀ 10 ਸਤੰਬਰ 1983। ਜਨਮ ਦਾ ਟਾਈਮ? ਜਨਮ ਦਾ ਟਾਈਮ 9:10 ਦੀ ਰਾਤ ਹੈ 12:30 ਵਜੇ। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ ਪੰਡਿਤ ਜੀ ਮੇਰੇ ਨਾ ਭਰਾ ਦੇ 2 ਵਾਰੀ ਇਹਦਾ ਵਿਆਹ ਹੋ ਗਿਆ ਤੇ ਤਲਾਕ ਹੋ ਗਿਆ ਇਹਦਾ। ਅੱਛਾ 2 ਵਾਰੀ ਤਲਾਕ ਹੋ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਹਾਂ ਤੇ ਕਿਸ ਤਰ੍ਹਾਂ ਇਹ ਅੱਗੋਂ ਕਿੱਦਾਂ ਇਹਦੀ ਲਾਈਫ ਕਿਸ ਤਰ੍ਹਾਂ ਸੈੱਟ ਹੋਏਗੀ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਅਸੀਂ ਇੱਥੋਂ ਅੰਮ੍ਰਿਤਸਰ ਤੋਂ। ਇਸ ਬੱਚੇ ਦਾ ਦਿਮਾਗ ਪੁੱਠਾ ਜ਼ਿਆਦਾ ਚੱਲਦਾ ਸਿੱਧਾ ਘੱਟ ਚੱਲਦਾ? ਅੱਛਾ ਜੀ। ਦੂਜੇ ਨੰਬਰ ਤੇ ਇਹ ਮਰਜ਼ੀ ਆਪਦੀ ਕਰਦਾ। ਹੁਣ ਤਲਾਕ ਹੋਈ ਨੂੰ ਕਿੰਨਾ ਟਾਈਮ ਹੋ ਗਿਆ? ਹੁਣ ਤਲਾਕ ਹੋਈ ਨੂੰ 1.5 ਸਾਲ ਹੋ ਗਿਆ। ਜੇ 1.5 ਸਾਲ ਹੋ ਗਿਆ ਤੇ ਇਹਦਾ ਕਿਤੇ ਨਾ ਕਿਤੇ ਚੱਕਰ ਚੱਲੂਗਾ। ਅੱਛਾ ਜੀ। ਸੁਣ ਲਓ ਮੇਰੀ ਗੱਲ। ਹਾਂਜੀ। ਤੇ ਇਹ 2015 ਦੇ ਮਈ ਤੋਂ ਬਾਅਦ ਬੜਾ ਖਰਾਬ ਹੋ ਰਿਹਾ। ਹਾਂਜੀ। ਇਹ ਇੱਕ ਵਾਰੀ ਆ ਕੇ ਮਿਲੇ। ਅੱਛਾ ਜੀ। ਲਾਲ ਰੁਮਾਲ ਆਪਦੇ ਕੋਲੇ ਰੱਖਣਾ। ਅੱਛਾ। ਜਲਦੀ ਉੱਠਣਾ, ਪਿੱਪਲ ਤੇ ਜਲ ਚੜਾਉਣਾ ਕਦੇ ਕਦੇ। ਅੱਛਾ ਜੀ। ਤੇ ਇਹ ਇੱਕ ਵਾਰੀ ਆ ਕੇ ਮਿਲੇ ਦੀ ਸਮੱਸਿਆ ਦਾ ਹੱਲ ਹੋ ਜਾਊਗਾ। ਅੱਛਾ ਜੀ। ਜੈ ਸ਼੍ਰੀ ਰਾਮ। ਹੈਲੋ। ਆ ਕਰੋ ਜੀ ਗੱਲ। ਹੈਲੋ ਹੈਲੋ। ਹਾਂਜੀ ਹਾਂਜੀ ਟਾਈਮ ਹੈ ਜੀ। ਰਾਮ ਰਾਮ ਪੰਡਿਤ ਜੀ। ਰਾਮ ਰਾਮ ਜੀ। 7:30 ਵਜੇ ਟਾਈਮ ਹੈ ਜੀ ਸਵੇਰ ਦਾ। ਡੇਟ ਆਫ ਬਰਥ? 18 ਮਾਰਚ 1992। ਸਵੇਰੇ ਕਿੰਨੇ ਵਜੇ ਦਾ? ਸਵੇਰ 7:30 ਵਜੇ। ਹਾਂਜੀ ਕੀ ਪੁੱਛਣਾ ਜੀ? 18 ਮਾਰਚ 1992। ਪੁੱਛਣਾ ਕੀ ਹੈ? ਲਾਈਫ ਬਾਰੇ ਦੱਸੋ, ਮੈਰਿਡ ਲਾਈਫ ਬਾਰੇ। ਤੁਹਾਡੇ ਕੀ ਲੱਗਦੇ ਹੈ ਡੇਟ ਆਫ ਬਰਥ ਜੀ ਦੀ? ਇਹ ਡੇਟ ਆਫ ਬਰਥ ਕਿਹਦੀ ਹੈ? ਇਹ ਮੇਰੀ ਹੈ ਜੀ। ਤੁਹਾਡੀ ਹੈ ਡੇਟ ਆਫ ਬਰਥ। ਪਰੇਸ਼ਾਨੀ ਜ਼ਿਆਦਾ, ਮਰਜ਼ੀ ਆਪਦੀ ਕਰਨੀ। ਹਾਂਜੀ। ਔਰ ਪਰੇਸ਼ਾਨ ਬਹੁਤ ਜ਼ਿਆਦਾ ਹੋ। ਹਾਂਜੀ। ਮਨ ਕਿਤੇ ਨਹੀਂ ਟਿਕਦਾ। ਠੀਕ ਹੈ ਜੀ। ਬੜੇ ਪਰੇਸ਼ਾਨ ਹੋਏ ਪਏ ਹੋ ਔਰ ਕਈ ਵਾਰੀ ਦਿਲ ਐ ਕਰਦਾ ਘਰ ਛੱਡ ਕੇ ਭੱਜੀਏ। ਹਾਂਜੀ। ਲੇਕਿਨ ਜਾਓਗੇ ਫਿਰ ਮੁੜ ਆਓਗੇ, ਮਨ ਬੜਾ ਪਰੇਸ਼ਾਨ ਚੱਲ ਰਿਹਾ। ਹਾਂਜੀ। ਇੰਨਾ ਮੇਰੀ ਮੈਰਿਜ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਚੱਲ ਰਹੀ ਹੈ। ਮੇਰੀ ਮੈਰਿਜ ਹੋ ਚੁੱਕੀ ਆ। ਮੈਂ ਹੁਣ ਮਾਈਕ ਤੇ ਬੈਠੀ ਹੋਈ ਹਾਂ। ਮੈਂ ਕੀ ਕਹਿਣਾ? ਤੁਸੀਂ, ਤੁਹਾਡਾ ਖੁਦ ਦਾ ਮਨ ਨਹੀਂ ਟਿਕਦਾ ਕਿਤੇ। ਹਾਂਜੀ ਨਹੀਂ ਟਿਕਦਾ। ਇੱਕ ਚੀਜ਼ ਹੋਰ ਹੈ, ਘਰ ਵਾਲਾ ਕੀ ਕਰਦਾ ਤੁਹਾਡੇ? ਮੇਰੇ ਹਸਬੈਂਡ ਬਿਜ਼ਨਸਮੈਨ ਹੈ ਜੀ। ਦੇਖੋ ਮੈਨੂੰ ਇਹ ਦੱਸੋ ਕਿ ਤੁਹਾਡਾ ਜਿਹੜਾ ਰੋਲਾ ਰੱਪਾ ਹੈ 2016 ਤੋਂ ਸ਼ੁਰੂ ਹੋਇਆ ਸੀਗਾ। ਹਾਂਜੀ। ਤੇ ਹੁਣ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਆਇਆਂ ਨੂੰ? ਮੈਨੂੰ ਹੁਣ ਮਹੀਨਾ ਹੋ ਗਿਆ ਜੀ। ਮੇਰੇ ਕੋਲ ਛੋਟੀ ਬੇਟੀ ਹੈ 6 ਮਹੀਨਿਆਂ ਦੀ। ਉਹਨਾਂ ਕੋਲ ਉਹ ਤੁਹਾਡੇ ਕੋਲੇ ਕਿ ਉਹਨਾਂ ਕੋਲੇ ਹੈ? ਨਹੀਂ ਨਹੀਂ ਉਹਨਾਂ ਕੋਲ ਹੈ ਜੀ। ਦੇਖੋ ਉਹਨਾਂ ਦੀ ਡੇਟ ਆਫ 2 ਮੈਨੂੰ ਪਹਿਲੇ। ਹੈਲੋ। ਹਾਂਜੀ। ਉਹਨਾਂ ਦੀ ਡੇਟ ਆਫ ਹੈਗੀ ਹੈ? ਹਾਂਜੀ ਬੋਲਿਓ। 22 ਅਪ੍ਰੈਲ ਜੀ 1986। ਜਨਮ ਦਾ ਟਾਈਮ? 3 ਵਜੇ ਦਾ, ਦੁਪਹਿਰ ਦਾ। ਹੁਣ ਕੀ ਕਹਿੰਦੇ ਕੀ ਹੈ? ਮਤਲਬ ਹੁਣ ਡਿਵੋਰਸ ਤੱਕ ਗੱਲ ਪਹੁੰਚੀ ਪਈ ਹੈ। ਦੇਖੋ ਤੁਸੀਂ ਨਾ ਆਰਾਮ ਨਾਲ ਆਪਦਾ ਘਰ ਵਸਾਓ। ਹਾਂਜੀ। ਦੇਖੋ ਤੁਹਾਨੂੰ ਥੋੜਾ ਜਿਹਾ ਝੁਕਣਾ ਪੈਣਾ। ਅੱਛਾ ਜੀ। ਇੱਕ ਗੱਲ ਮੇਰੀ ਸੁਣ ਲਓ। ਹਾਂਜੀ। ਉਹਨਾਂ ਨੇ ਤੁਹਾਡੇ ਮਾਂ ਪਿਓ ਨਾਲ ਹੀ ਵਰਤਣ ਨਾਲ ਲੜਕੇ ਨੇ। ਹਾਂਜੀ ਕਹਿੰਦੇ ਇਸ ਇਹੀ ਗੱਲ ਹੈ ਜਿਹੜੀ ਮੈਂ ਤੁਹਾਨੂੰ ਸਹੀ ਗੱਲ ਦੱਸਣ ਲੱਗੇ ਆ। ਹਾਂਜੀ। ਦੂਜੇ ਨੰਬਰ ਤੇ ਜਦੋਂ ਤੁਸੀਂ ਘਰੇ ਚਲੇ ਗਏ। ਹਾਂਜੀ। ਤੁਹਾਨੂੰ ਤੰਗ ਨਹੀਂ ਕਰੂਗਾ। ਠੀਕ ਹੈ ਜੀ। ਨਾ ਤੰਗ ਰੱਖੂਗਾ, ਨਾ ਹੀ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆਣ ਦਊਗਾ। ਨਹੀਂ ਉਹ ਆਪ ਜੀ ਬਿਜ਼ਨਸ ਕਰਦੇ ਨਾ, ਕੋਈ ਧਿਆਨ ਨਹੀਂ, ਮੁੰਡਾ ਸਾਰਾ ਦਿਨ ਘਰੇ ਹੀ ਬੈਠਾ ਰਹਿੰਦਾ। ਮੇਰੀ ਗੱਲ ਸੁਣੋ, ਮੈਂ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਕਹਾਣੀ ਕੀ ਹੈ। ਹਾਂਜੀ। ਜਦੋਂ ਖੁਸ਼ ਹੁੰਦਾ ਇਹ ਬੰਦਾ ਖੁਸ਼ ਬੜਾ ਹੁੰਦਾ। ਹਾਂਜੀ। ਦੂਜੇ ਨੰਬਰ ਤੇ ਇਹਨੇ ਸੋਹਣਾ ਤੁਹਾਡੇ ਤੋਂ ਦੂਰ ਹੋ ਕੇ ਆ, ਖੁੱਲੀ ਜਗ੍ਹਾ 'ਚ ਸੋਹਣਾ ਆ। ਹਾਂਜੀ। ਕਿਸੇ ਨੂੰ ਬੁਲਾਉਣਾ ਨਹੀਂ ਉਹ। ਹਾਂਜੀ। ਸਰੀਰ 'ਚ ਤਾਕਤ ਹੈ ਨੀਗੀ? ਨਹੀਂ ਹੈਗੀ ਜੀ। ਠੀਕ ਹੈ ਜੀ। ਕਈ ਚੀਜ਼ਾਂ ਐਸੀਆਂ ਹੈਗੀਆਂ, ਦੇਖੋ ਜੇ ਤਾਂ ਤੁਸੀਂ ਘਰ ਵਸਾਉਣਾ ਹੈ। ਹਾਂਜੀ। ਫਿਰ ਤੁਸੀਂ ਉਸ ਪਾਸੇ ਹੋਵੋ ਜੇ ਤੁਸੀਂ ਤਲਾਕ ਲੈਣਾ ਚਾਹੁੰਦੇ ਹੋ। ਹਾਂਜੀ। ਫਿਰ ਤੁਸੀਂ ਉਸ ਪਾਸੇ ਹੋਵੋ ਕਿਉਂਕਿ ਜੇ ਚਾਹੋ ਤੇ ਘਰ ਵਸ ਸਕਦਾ ਹੈ। ਠੀਕ ਹੈ ਜੀ। ਲੇਕਿਨ ਇਹ ਬੰਦੇ ਦੇ ਵਿੱਚ ਪਤਾ ਕੀ ਖਾਸੀਅਤ ਹੈ?
ਜਦੋਂ ਪਿਆਰ ਕਰਦਾ ਉਦੋਂ ਪਿਆਰ ਵੀ ਬਹੁਤ ਕਰਦਾ, ਕੁੱਟਣ ਮਾਰਨ ਤੱਕ ਵੀ ਪਹੁੰਚ ਜਾਂਦਾ ਕਈ। ਮੇਰੀ ਗੱਲ ਤਾਂ ਸੁਣ ਲਓ, ਹਾਂਜੀ, ਇਸ ਬੰਦੇ ਦੇ ਵਿੱਚ ਸਾਰੀਆਂ ਕੁਆਲਿਟੀਆਂ ਹੈਗੀਆਂ, ਠੀਕ ਹੈ, ਤੇ ਬਾਹਰ ਨਹੀਂ ਕਿਸੇ ਨਾਲ ਲੜ ਸਕਦਾ, ਹਾਂਜੀ, ਤੇ ਤੁਹਾਡੀ ਆਪਸ ਦੇ ਵਿੱਚ ਕਦੇ ਨਹੀਂ ਬਣੀ, ਜਦ ਦਾ ਵਿਆਹ ਹੋਇਆ ਖਾਣ ਪੀਣ ਤੇ ਜਾਣ ਚ ਨਹੀਂ ਬਣੀ ਜੀ, ਤੂੰ ਤੂੰ ਮੈਂ ਮੈਂ ਰਹਿੰਦੀ ਹੈ। ਹਾਂਜੀ, ਅਗਰ ਤੁਸੀਂ ਚਾਹੋ ਤੇ ਤੁਸੀਂ ਉੱਥੇ ਜਾ ਸਕਦੇ ਹੋ, ਜੇ ਤੁਹਾਡਾ ਮੂਡ ਪੂਰਾ ਹੈਗਾ ਤੇ ਫਿਰ ਆਪਦਾ ਤੁਹਾਡਾ ਛੁਟਕਾਰਾ ਜਿਹੜਾ ਤੁਸੀਂ ਆਪਦਾ ਕਰਵਾ ਲਓ, ਉਹ ਤੁਹਾਡੀ ਆਪਦੀ ਹੈ। ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਦਾ ਆ, ਤੁਹਾਡਾ ਅਪ੍ਰੈਲ ਤੱਕ ਮੂਡ ਸਹੀ ਨਹੀਂ ਸੀਗਾ, ਮਈ ਤੱਕ, ਮਈ ਤੋਂ ਬਾਅਦ ਤੁਹਾਡਾ ਵੀ ਮੂਡ ਚੇਂਜ ਹੋਇਆ ਪਿਆ ਹੁਣ। ਪਹਿਲੇ ਤੁਹਾਡਾ ਮੂਡ ਬਹੁਤ ਜ਼ਿਆਦਾ ਅਪਸੈਟ ਰਹਿੰਦਾ ਸੀਗਾ, ਹੁਣ ਠੀਕ ਚੱਲਦਾ ਪਿਆ, ਹੁਣ ਤੁਸੀਂ ਆਪਦੇ ਘਰ ਬਾਰੇ ਸੋਚਦੇ ਬਹੁਤ ਹੋ ਕਿ ਮੇਰਾ ਘਰ ਕਿੱਦਾਂ ਵਸੇ। ਅੱਗੇ ਇਹ ਹੁੰਦਾ ਸੀ ਘਰ ਵਸਦਾ ਵਸੇ, ਨਹੀਂ ਵਸਦਾ ਨਾ ਵਸੇ, ਠੀਕ ਹੈ ਜੀ। ਬਾਕੀ ਕਈ ਚੀਜ਼ਾਂ ਐਸੀਆਂ ਜਿਹੜੀਆਂ ਆਪਾਂ ਬਹਿ ਕੇ ਗੱਲਾਂ ਕਰਾਂਗੇ। ਕਿਹੜੀ ਜਗ੍ਹਾ ਤੋਂ ਬੋਲਦੇ ਹੋ? ਲੱਖੇਵਾਲੀ ਤੋਂ ਜੀ। ਆ ਕੇ ਮਿਲੋ ਜਦੋਂ ਤੁਹਾਨੂੰ ਟਾਈਮ ਲੱਗਦਾ, ਠੀਕ ਹੈ ਜੀ। ਜੇ ਮੈਂ ਗੱਲ ਕੋਈ ਗਲਤ ਕੀਤੀ ਹੈ ਤਾਂ ਦੱਸੋ, ਠੀਕ ਹੈ ਜੀ। ਕਿਉਂਕਿ ਮੇਨ ਪਤਾ ਕੀ ਹੁੰਦਾ, ਲੜਕੇ ਨੂੰ ਚਲਾਣਾ ਜਨਾਨੀ ਦੇ ਆਪਦੇ ਹੱਥ ਚ ਹੈ, ਠੀਕ ਹੈ ਜੀ, ਔਰ ਕੋਈ ਦਿੱਕਤ ਵਾਲੀ ਗੱਲ ਨੀ, ਕਈ ਵਾਰੀ ਬਹੁਤ ਕੁਛ ਹੋ ਜਾਂਦਾ ਹੈ, ਪਰ ਦੋ ਡਿਸੀਜਨ ਲਵੋ, ਜੇ ਤਾਂ ਰਹਿਣਾ ਹੈ ਤੇ ਉਧਰ ਨੂੰ ਤੁਰ ਪੋ ਪਾਏ ਕਰੋ, ਜੇ ਨਹੀਂ ਰਹਿਣਾ ਤੇ ਫਿਰ ਆਪਦਾ ਵਕਤ ਨਾ ਖਰਾਬ ਕਰੋ। ਤੁਸੀਂ ਮੇਰੀ ਗੱਲ ਸੁਣੋ, ਵੀ ਤੁਹਾਨੂੰ ਲੱਗਦਾ ਮੇਰੀ ਇੱਥੇ ਸੈਟਿੰਗ ਹੋ ਸਕਦੀ ਹੈ? ਦੇਖੋ ਮੈਂ ਕੀ ਕਹਤਾ, ਮੈਂ ਬੰਦੇ ਨੂੰ ਜਾਣਦਾ ਤਾਂ ਨਹੀਂ, ਹਾਂਜੀ, ਤੁਹਾਨੂੰ ਤਾਂ ਨਹੀਂ ਮੈਂ ਜਾਣਦਾ, ਨਹੀਂ ਜੀ, ਪਰ ਤੁਸੀਂ ਮੈਨੂੰ ਸ਼ਾਇਦ ਜਾਣਦੇ ਹੋਵੋ, ਹਾਂਜੀ ਜਾਣਦੇ ਆ ਜੀ, ਠੀਕ ਹੈ ਜੀ, ਕਿਉਂਕਿ ਮੈਂ ਇੱਥੇ ਆਉਂਦਾ ਰਹਿੰਦਾ ਆ, ਹਾਂਜੀ, ਸਹੀ ਹੈ ਕਿ ਗਲਤ ਹੈ ਮੇਰੀ ਗੱਲ? ਹਾਂਜੀ ਹਾਂਜੀ ਸਹੀ ਹੈ ਜੀ, ਬਿਲਕੁਲ। ਔਰ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਮੈਂ ਤੁਹਾਨੂੰ ਗੱਲਾਂ ਦੱਸਤੀਆਂ, ਜੇ ਤੁਹਾਨੂੰ ਚੰਗੀਆਂ ਲੱਗਦੀਆਂ ਫਿਰ ਤੁਸੀਂ ਆ ਕੇ ਮਿਲ ਲਓ, ਹਾਂਜੀ ਹਾਂਜੀ, ਜਿਸ ਢੰਗ ਦੇ ਉਪਾਏ ਕਹੋਗੇ ਉਸ ਢੰਗ ਦੇ ਦੋਨੇ ਤਰ੍ਹਾਂ ਦੇ ਉਪਾਏ ਹੋ ਸਕਦੇ ਆ। ਜੈ ਸ਼੍ਰੀ ਰਾਮ, ਠੀਕ ਹੈ ਜੀ, ਠੀਕ ਹੈ ਜੀ, ਹਾਂਜੀ, ਜੈ ਸ਼੍ਰੀ ਰਾਮ। ਮੈਂ ਇਹ ਦੱਸਣਾ ਚਾਹੁੰਦਾ, ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਆ, ਦੇਸ਼ ਵਿਦੇਸ਼ ਦੇ ਵਿੱਚ ਬੈਠੇ ਆ, ਦੂਰ ਬੈਠੇ ਆ, ਹਿੰਦੁਸਤਾਨ ਦੇ ਕੋਨੇ ਤੇ ਫੋਰਨ 'ਚ ਬੈਠੇ ਆ, ਕੋਈ ਵੀ ਸਾਡੇ ਨਾਲ ਗੱਲ ਕਰ ਸਕਦਾ, ਪਰ ਇੱਕ ਚੀਜ਼ ਦਾ ਧਿਆਨ ਰੱਖੋ, ਹਰ ਬੰਦਾ ਸੋਚਦਾ ਕਿ ਟੀ ਵੀ 'ਤੇ ਕੋਲ ਲੱਗ ਜੇ। ਮੈਂ ਇਹ ਚਾਹੁੰਦਾ ਕਿ ਅੱਜ ਦੀ ਡੇਟ ਦੇ ਵਿੱਚ ਹਰ ਇੱਕ ਦੇ ਕੋਲ ਮੋਬਾਈਲ ਫੋਨ ਹੈ, ਘਰੋਂ ਤੁਸੀਂ ਆਪਦਾ ਫੋਨ ਲਗਾਓ, ਸਾਡੇ ਨਾਲ ਗੱਲ ਕਰਨ ਵਾਸਤੇ ਪੈਸੇ ਪੇ ਕਰੋ, ਗੱਲ ਕਰ ਲਓ, ਸਾਨੂੰ ਆਣ ਕੇ ਮਿਲ ਲਓ, ਪਰ ਤੁਹਾਡੀ ਸਮੱਸਿਆ ਦਾ ਹੱਲ ਤਾਂ ਹੋ ਜਾਊਗਾ। ਪਰ ਅੱਜ ਦੀ ਡੇਟ ਦੇ ਵਿੱਚ ਅਗਰ ਆਪਣੀ ਕੋਈ ਸਮੱਸਿਆ ਦਾ ਹੱਲ ਹੁੰਦਾ ਬਗੈਰ ਦੱਸੇ, ਤਾਂ ਮੈਂ ਕਹਿੰਦਾ ਕਿ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ। ਅੱਜ ਦੀ ਡੇਟ 'ਚ ਸਾਡੇ ਕੋਲ ਇੰਨਾ ਟਾਈਮ ਹੈ ਨਹੀਂ ਕਿ ਅਸੀਂ ਵਕਤ ਦਾ ਇੰਤਜ਼ਾਰ ਕਰੀਏ, ਅਤੇ ਇਸ ਕਰਕੇ ਤੁਹਾਡੇ ਕੋਲ ਸਾਰੇ ਨੰਬਰ ਹੁੰਦੇ, ਦਿਨ ਦੇ ਟਾਈਮ ਸਾਨੂੰ ਆ ਕੇ ਮਿਲੋ। ਜੈ ਸ਼੍ਰੀ ਰਾਮ। ਹਾਂਜੀ ਹੈਲੋ, ਨਮਸਕਾਰ ਪੰਡਿਤ ਜੀ। ਨਮਸਕਾਰ ਜੀ ਪੰਡਿਤ ਜੀ, ਮੈਂ ਆਪਣੇ ਭਾਈ ਦੇ ਬਾਰੇ ਪੁੱਛਣਾ ਚਾਹੁੰਦੀ। ਡੇਟ ਔਰ ਟਾਈਮ ਦੱਸ। ਹਾਂਜੀ 14 ਜੁਲਾਈ 1988 ਜਨਮ ਦਾ ਟਾਈਮ 11:35 ਸਵੇਰ 11:35 ਸਵੇਰ ਦੇ। ਹਾਂਜੀ ਹਿਮਾਚਲ ਚੋਂ ਬੋਲਦੇ ਹੋ? ਹਾਂਜੀ ਡਿਸਟ੍ਰਿਕਟ ਉਨਾ ਸੇ। ਹਾਂਜੀ ਕੀ ਪੁੱਛਣਾ ਚਾਹੁੰਦੇ ਹੋ? ਦੇਖੋ ਮੇਰੀ ਗੱਲ ਸੁਣੋ, ਤੁਸੀਂ ਇੱਕ ਅੱਧਾ ਚੱਕਰ ਮਾਰੋ, ਕਿਤੇ ਮਤਲਬ ਇਹਦੇ ਕੋਲੇ ਲੜਕੇ ਕੋਲੇ ਪਤਾ ਹੀ ਨਹੀਂ ਪੰਡਿਤ ਜੀ ਕਿਤੇ ਆ ਤੇ ਕਿਤੇ ਨਹੀਂ। ਇੱਕ ਗੱਲ ਮੇਰੀ ਸੁਣ ਲਓ, ਉਦੋਂ ਵੀ ਮੈਂ ਤੁਹਾਨੂੰ ਕਿਹਾ ਸੀਗਾ ਵੀ ਇਹਦਾ ਕੰਮ ਤੁਹਾਡਾ 7ਵੇਂ ਮਹੀਨੇ ਤੋਂ ਬਾਅਦ ਇਹਦਾ ਮੂੰਹ ਇੱਧਰ ਨੂੰ ਹੋ ਜਾਣਾ, ਲੇਕਿਨ ਤੁਸੀਂ ਇੱਕ ਵਾਰੀ ਮੈਨੂੰ ਦਿਨ ਦੇ ਟਾਈਮ ਫੋਨ ਕਰੀਓ ਕੱਲ ਨੂੰ, ਤੇ ਮੈਂ ਤੁਹਾਨੂੰ ਇੱਕ ਉਪਾਅ ਦੱਸ ਦੂੰਗਾ। ਬਾਕੀ ਇਹਦੇ ਹਾਲਾਤ ਜਿਹੜੇ ਆ ਨਾ ਹੁਣ, ਹਾਂਜੀ, ਹੁਣ ਇਹ ਪਰੇਸ਼ਾਨ ਹੋ ਗਿਆ, ਹੁਣ ਇਹ ਲੜਕੀ ਨੂੰ ਛੱਡਣਾ ਚਾਹੁੰਦਾ, ਉਹਦੇ ਚੁੰਗਲ ਚੋਂ ਨਿਕਲਣਾ ਚਾਹੁੰਦਾ, ਇਹਨੂੰ ਮਾੜੀ ਮੋਟੀ ਬੱਚੇ ਨੂੰ ਸਪੋਰਟ ਦਵੋ, ਕਿਸੇ ਢੰਗ ਨਾਲ ਕਿਸੇ ਨੂੰ ਮਿਲੋ, ਕਿਸੇ ਨੂੰ ਇਹਦੇ ਯਾਰ ਦੋਸਤ ਨੂੰ ਮਿਲੋ, ਤੇ ਇਹਦੀਆਂ ਚੰਗੀਆਂ ਗੱਲਾਂ ਕਰਨੀਆਂ, ਮਾੜੀ ਗੱਲ ਨਹੀਂ ਕਰਨੀ ਕੋਈ, ਤਾਂ ਕਿ ਇਹ ਬੱਚਾ ਤੁਹਾਡੇ ਨਾਲ ਮਿਲਣ ਦੀ ਕੋਸ਼ਿਸ਼ ਕਰੇ ਤੇ ਇਹ ਸਹੀ ਹੋ ਜਾਊਗਾ। ਜੈ ਸ਼੍ਰੀ ਰਾਮ। ਹੈਲੋ ਹਾਂਜੀ, ਰਾਜਨ ਕੁਮਾਰ? ਹਾਂਜੀ
ਰਾਜਨ ਕੁਮਾਰ ਡੇਟ ਆਫ ਬਰਥ ਟਾਈਮ ਰਾਜਨ ਕੁਮਾਰ 8/10 ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ ਮੈਂ ਇਹ ਦੱਸਣਾ ਚਾਹੁੰਦਾ ਜਦੋਂ ਕਿਸੇ ਦੀ ਫੋਨ ਕਾਲ ਲੱਗਦੀ ਹੈ ਟੀਵੀ ਤੋਂ ਮਾੜਾ ਜਿਹਾ ਦੂਰ ਰਹੋ ਤਾਂ ਕਿ ਤੁਹਾਡੀ ਸਾਡੇ ਨਾਲ ਗੱਲ ਹੋ ਜਾਵੇ ਟੀਵੀ ਦੇ ਨੇੜੇ ਆ ਗਏ ਅਤੇ ਗੱਲ ਸਮਝ ਨਹੀਂ ਆਉਂਦੀ ਅਤੇ ਅਸੀਂ ਤੁਹਾਨੂੰ ਸਵਾਲ ਦਾ ਜਵਾਬ ਕੀ ਦੇਵਾਂਗੇ ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਸਾਰੇ ਸਾਡੇ ਨੰਬਰ ਨੋਟ ਰੱਖੋ ਮਿਲਣ ਦਾ ਟਾਈਮ ਸਾਡੇ ਕੋਲ ਖੁੱਲ੍ਹਾ ਹੁੰਦਾ ਹੈ ਹਲੇ ਸਾਡੇ ਬਾਹਰ ਜਾਣ ਦਾ 15-20 ਦਿਨ ਦਾ ਕੋਈ 20 ਦਿਨ ਤੋਂ ਬਾਅਦ ਅਸੀਂ ਜਾਣਾ ਦੱਸਾਂਗੇ ਲੇਕਿਨ ਚਿੰਤਾ ਨਾ ਕਰੋ ਅਸੀਂ ਇੱਥੇ ਹੀ ਹੁੰਦੇ ਹਾਂ ਗੱਲ ਤੁਹਾਡੀ ਸਾਡੇ ਨਾਲ ਹੋ ਜਾਂਦੀ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਫੋਨ ਨੰਬਰ ਤੁਹਾਡੇ ਕੋਲ ਹੈ ਔਰ ਅਪੁਆਇੰਟਮੈਂਟ ਦੀ ਕੋਈ ਲੋੜ ਨਹੀਂ ਪੈਂਦੀ ਹੈਲੋ ਹਾਂਜੀ ਬਾਬਾ ਜੀ ਲਖਵਿੰਦਰ ਪੁੱਛਣਾ ਘਰ ਬਾਰੇ ਡੇਟ ਔਰ ਟਾਈਮ ਦੱਸ ਦਿਓ ਜੀ ਹਾਂਜੀ 14/5 ਹੈਲੋ ਮੈਨੂੰ ਡੇਟ ਔਫ ਬਰਥ ਦੱਸੋ ਮੈਂ ਤਾਂ ਝੋਲਡਾ ਕਹਿ ਰਿਹਾ ਤੇ ਮੈਂ 14 ਫਰਵਰੀ ਸਮਝ ਰਿਹਾ ਨਹੀਂ ਜੀ ਝੋਲਡਾ ਮੈਨੂੰ ਡੇਟ ਔਫ ਬਰਥ ਦੱਸੋ ਹਾਂਜੀ ਡੇਟ ਔਫ ਬਰਥ ਦੱਸੋ ਕਿਹਦਾ ਪੁੱਛਣਾ ਹਾਂਜੀ ਆਪਣੇ ਬ੍ਰਦਰ ਬਾਰੇ ਪੁੱਛਣਾ ਜੀ ਡੇਟ ਔਫ ਟਾਈਮ ਦੱਸੋ ਹਾਂਜੀ ਉਹਦਾ ਹੈਗਾ 20 ਮਾਰਚ ਹਾਂਜੀ 1984 ਜਨਮ ਦਾ ਟਾਈਮ ਬੂਟੇ ਨੀ ਘਰੇ ਰੱਖਣੇ ਅੱਛਾ ਜੀ ਚਾਵਲ ਧਾਰਮਿਕ ਸਥਾਨ ਤੇ ਦਾਨ ਦੇਣੇ ਪਾਣੀ ਚ ਜਲ ਪ੍ਰਵਾਹ ਕਰਨੇ ਸੋਮਵਾਰ ਨੂੰ ਹਾਂਜੀ ਛੱਤ ਸਾਫ ਰੱਖਣੀ ਤੇ ਘਰ ਛੱਤ ਸਾਫ ਰੱਖਣੀ ਤੇ ਘਰ ਦੇ ਵਿੱਚ ਲਾਲ ਪੱਥਰ ਨਹੀਂ ਰੱਖਣਾ ਲਾਲ ਕੱਪੜਾ ਲਾਲ ਪੱਥਰ ਪੱਥਰ ਅੱਛਾ ਜੀ ਤੇ ਇੱਕ ਪ੍ਰੈਸ ਖਰਾਬ ਨਹੀਂ ਰੱਖਣੀ ਹਰ ਮਹੀਨੇ ਵੱਡਿਆਂ ਦੇ ਨਾਮ ਦੀ ਰੋਟੀ ਖਵਾਣੀ ਤੇ ਬਾਜ਼ਾਰ ਜਦੋਂ ਜਾਂਦੇ ਹੋ ਤੇ ਜ਼ਿਆਦਾ ਤੌਰ ਤੇ ਪੈਸੇ ਭਾਣ ਜ਼ਿਆਦਾ ਲੈ ਕੇ ਜਾਇਆ ਕਰੋ ਜਦੋਂ ਜਾਂਦੇ ਹੋ ਕਿਤੇ ਤੁਸੀਂ ਰਿਕਸ਼ਾ ਕਰਨਾ ਕਿਤੇ ਆਟੋ ਕਰਨਾ ਉੱਥੇ ਤੁਸੀਂ ਜ਼ਿਆਦਾ ਭਾਨ ਦਵੋ ਠੀਕ ਹੈ ਜੀ ਤੇ ਇੱਕ ਵਾਰੀ ਵੱਡਿਆਂ ਦੇ ਨਾਮ ਦੀ ਰੋਟੀ ਖਵਾਣੀ 15 ਤਰੀਕ ਨੂੰ ਜੀ ਹਾਂਜੀ ਅੱਛਾ ਜੀ ਜੈ ਸ਼੍ਰੀ ਰਾਮ ਹੈਲੋ ਰਾਮ ਰਾਮ ਪੰਡਿਤ ਜੀ ਰਾਮ ਰਾਮ ਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਹਾਂਜੀ ਅਸੀਂ ਤਾਂਦੇ ਤੋਂ ਬੋਲਦੇ ਹਾਂ ਹਾਂਜੀ ਬੋਲੋ ਹਾਂਜੀ ਮੈਂ ਆਪਣੇ ਭਰਾ ਬਾਰੇ ਪੁੱਛਣਾ ਸੀ ਜੀ ਡੇਟ ਔਰ ਟਾਈਮ ਦੱਸੋ 6/9/95 6/9/95 ਜਨਮ ਦਾ ਟਾਈਮ 9:45 ਰਾਤ ਦੇ ਹਾਂਜੀ ਕੀ ਪੁੱਛਣਾ ਜੀ ਇਹਦੇ ਕੰਮ ਬਾਰੇ ਪੁੱਛਣਾ ਆਪਣੇ ਕੰਮ ਬਾਰੇ ਜੀ ਇਹਦੇ ਕੰਮ ਬਾਰੇ ਤੇ ਆਪਣੇ ਕੰਮ ਬਾਰੇ ਹਾਂਜੀ ਮਤਲਬ ਕਿ ਆਪਣਾ ਕੰਮ ਕਦੋਂ ਕਰੂਗਾ ਅੱਛਾ ਐਂ ਕਹੋ ਹਾਂਜੀ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਤਾਂਦਰੇ ਤੋਂ ਜੀ ਕੀ ਕੰਮ ਕਰਦਾ ਬੱਚਾ ਬੱਚਾ ਤਾਂ ਜੀ ਇੱਥੇ ਸਾਬਣ ਬਾਜ਼ਾਰ ਤੇ ਜੌਬ ਕਰਦਾ ਇਸ ਬੱਚੇ ਨੂੰ ਆਪਦਾ ਕੰਮ ਕਰਾਓ ਹਾਂਜੀ ਇਹ ਮਿਹਨਤੀ ਬਹੁਤ ਹੈ ਬਹੁਤ ਮਿਹਨਤੀ ਹੈ ਜੀ ਤੇ ਮਿਹਨਤੀ ਹੈਗਾ ਬੱਚੇ ਨੂੰ ਆਪਦਾ ਕੋਈ ਕੰਮ ਕਰਾ ਦੋ ਬਹੁਤ ਵਧੀਆ ਰਹੂਗਾ ਇਹ ਸਿਰ ਢੱਕ ਕੇ ਰੱਖਣਾ ਧੁੱਪ ਦੇ ਵਿੱਚ ਟੁੱਟੀ ਹੋਈ ਕੁਰਸੀ ਮੇਜ਼ ਘਰ 'ਚ ਨਹੀਂ ਰੱਖਣਾ ਹਾਂਜੀ ਸੂਰਜ ਨੂੰ ਜਲ ਦੇਣਾ ਹਾਂਜੀ ਤੇ ਘਰ ਦੇ ਵਿੱਚ ਹਰ ਮਹੀਨੇ ਕਿਸੇ ਗਰੀਬ ਨੂੰ ਘਰ ਦੇ ਰੋਟੀ ਖਵਾਇਆ ਕਰਨ ਕੋਈ ਵੀ ਜੀ ਖਵਾ ਦੇ ਕਿਸੇ ਗਰੀਬ ਨੂੰ ਠੀਕ ਹੈ ਜੀ ਤੇ ਇਹਨੂੰ ਤੁਸੀਂ ਆਪਦਾ ਕੰਮ ਕਰਾਓ ਹਾਂਜੀ ਬੱਚਾ ਤੁਹਾਡਾ ਕਾਮਯਾਬ ਹੋ ਜਾਊਗਾ ਕਿਹੜਾ ਕੰਮ ਕਰਾਈਏ ਪੰਡਿਤ ਜੀ ਇਹ ਹੁਣ ਮੈਨੂੰ ਨਹੀਂ ਪਤਾ ਇਹ ਕੰਮ ਕੀ ਕਰਨਾ ਚਾਹੁੰਦਾ ਛੋਟਾ ਮੋਟਾ ਕੰਮ ਕਰਾਓ ਜ਼ਿਆਦਾ ਪੈਸੇ ਨਾ ਲਾਓ ਠੀਕ ਹੈ ਜੀ ਤੇ ਇਹ ਬੱਚਾ ਤੁਹਾਡਾ ਕਾਮਯਾਬ ਹੋ ਜਾਊਗਾ ਠੀਕ ਹੈ ਜੈ ਸ਼੍ਰੀ ਰਾਮ ਹੈਲੋ ਹੈਲੋ ਮੈਂ ਇਹ ਦੱਸਣਾ ਚਾਹੁੰਦਾ ਜਦੋਂ ਕਿਸੇ ਦੀ ਕੋਲ ਲੱਗਦੀ ਹੈ ਟੀਵੀ ਤੋਂ ਦੂਰ ਰਹੋ ਜਿੰਨੇ ਭੈਣ ਭਰਾ ਸਾਡਾ ਪ੍ਰੋਗਰਾਮ ਦੇਖ ਰਹੇ ਹੈ ਹਰ ਇੱਕ ਬੰਦਾ ਨੋਟ ਕਰੋ ਅਗਰ ਤੁਹਾਡੇ ਕੋਲ ਟਾਈਮ ਹੈ ਨਹੀਂ ਤੁਸੀਂ ਕਿਤੇ ਵੀ ਬੈਠੇ ਹੋ ਬੈਂਕ 'ਚ ਪੈਸੇ ਜਮ੍ਹਾਂ ਕਰਾ ਕੇ ਗੱਲ ਕਰ ਸਕਦੇ ਹੋ ਪੇਟੀਐਮ ਕਰਾ ਕੇ ਵੀ ਗੱਲ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਹੈਲੋ ਹੈਲੋ ਰਾਮ ਰਾਮ ਪੰਡਿਤ ਜੀ ਡੇਟ ਔਰ ਟਾਈਮ ਦੱਸੋ ਜਲਦੀ
ਫਿਰ 12 14 12 86 14 12 86 ਸਰ ਟਾਈਮ ਨਹੀਂ ਪਤਾ ਐਗਜ਼ੈਕਟ ਕੀ ਪੁੱਛਣਾ ਚਾਹੁੰਦੇ ਹੋ ਬੱਚਾ ਨਹੀਂ ਹੋਇਆ ਜੀ 7 ਸਾਲ ਹੋ ਗਏ ਹਲ ਤੱਕ ਕਿਹੜੀ ਜਗ੍ਹਾ ਤੋਂ ਬੋਲਦੇ ਹੋ ਬਠਿੰਡਾ ਤੋਂ ਜੀ ਆਪਸ ਦੇ ਵਿੱਚ ਦੁਆਰਾ ਹਾਰ ਪਾਣੇ ਠੀਕ ਹੈ ਜੀ ਖਰਗੋਸ਼ ਨੂੰ ਪੱਠੇ ਪਾਣੇ ਠੀਕ ਹੈ ਜੀ ਕਦੇ ਕਦੇ ਠੀਕ ਹੈ ਜੀ ਕੁੱਤੇ ਦੀ ਸੇਵਾ ਕਰਨੀ ਠੀਕ ਹੈ ਜੀ ਦੇਖੋ ਵੈਸੇ ਯੋਗਤਾ ਬੰਦਾ ਅਪ੍ਰੈਲ ਤੱਕ ਅਪ੍ਰੈਲ ਤੱਕ ਜੀ ਹਾਂਜੀ ਅਗਲੀ 18 ਤੱਕ ਹੀ ਹਾਂਜੀ ਠੀਕ ਹੈ ਜੀ ਤੇ ਵੱਡਿਆਂ ਦੇ ਨਾਮ ਦੀ ਹਰ ਮਹੀਨੇ ਰੋਟੀ ਖਵਾਣੀ ਅੱਛਾ ਜੀ ਵੱਡਿਆਂ ਦੇ ਨਾਮ ਦੀ ਠੀਕ ਹੈ ਜੀ ਤੇ ਰੋਟੀ ਹਾਂਜੀ ਰੋਟੀ ਕਿਹਨੂੰ ਖਵਾਣੀ ਕਿਸੇ ਗਰੀਬ ਨੂੰ ਖਵਾ ਦੋ ਤੇ ਦੂਜੇ ਨੰਬਰ ਤੇ ਰੋਟੀ ਰਸੋਈ ਚ ਬੈਠ ਕੇ ਖਾਣੀ ਹੈ ਅੱਛਾ ਜੀ ਆਪ ਜੀ ਐਸੇ ਤਰ੍ਹਾਂ ਮੈਂ ਦੱਸਣਾ ਚਾਹੁੰਦਾ ਜਿੰਨੇ ਪੈਨਪਰਾ ਸਾਡਾ ਪ੍ਰੋਗਰਾਮ ਦੇਖ ਰਹੇ ਹੈ ਟੀਵੀ ਤੇ ਜਦ ਤੱਕ ਅਸੀਂ ਬੈਠੇ ਤੁਹਾਡੀ ਸਾਡਾ ਫ੍ਰੀ ਦੇ ਵਿੱਚ ਗੱਲ ਹੁੰਦੀ ਉਸ ਤੋਂ ਬਾਅਦ ਤੁਹਾਨੂੰ ਆ ਕੇ ਮਿਲਣਾ ਪੈਣਾ ਅੱਜ ਸਾਡਾ ਟਾਈਮ ਸਮਾਪਤ ਹੋ ਚੱਲਿਆ ਕੱਲ ਐਸੇ ਚੈਨਲ ਤੇ ਫਿਰ ਮਿਲਾਂਗੇ ਅੱਜ ਸਾਨੂੰ ਦੋ ਇਜਾਜ਼ਤ ਜੈ ਸ਼੍ਰੀ ਰਾਮ